ਬਸ 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 ਕੀ ਸੁਨੇਹਾ ਦੇਣਾ ਚਾਹੁੰਦੇ ਆ ਤੁਸੀਂ ਕੀ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦੇ ਇਦਾਂ ਹੀ ਕਹਿੰਦਾ ਜੀ ਆਪ ਇੱਧਰ ਆਈਲੈਂਡ ਕਰਕੇ ਆਵਾ ਜਾਓ ਕਿਸੇ ਤੇ ਪੈਚਰ ਨਾ ਸਾਡਾ ਤਾਂ ਮੁੰਡਾ ਹੈ ਇਧਰ सर की थोड़े नाल भी कदे बेअंत कौर की गल हुंदी सी क्योंकि तुसी एक धी दी तरह उन्हूं लैके आए सी अपने घर धी बना के कदे थोड़े नाल गल कीती उन्हें पहला पहला हुंदी सी जदों फीसां भरियां गईआं सारियां उस तों बाद घर वाल की थोड़े मन च कदे आया नहीं कि इस तरह हुण क्यों कर रही है जदों फीसां क्लीयर हो गईआं तां हुण गल क्यों नहीं कर रही मुंडे नाल ही गल करदी जी मुंडे कह रहे गल करा दिओ उमेज बनाई हुई है इस तरह का शक नहीं होया पहला कदे भी लवप्रीत लाडी बेअंत कौर ने एक जगह ते भी कहा सी उन्हां दी फैमिली ने भी कहा सी कि मैं सहुरे आउण नूं तैयार हां जे मैनूं बुला लैण कि तुसीं उहनूं कहिंदे हो कि आ जावे क्योंकि एक वकील साहब नाल साडी एक दिन पहला इंटरव्यू सी उन्हां ने कहा सी कि जेकर रिपोर्ट होण तों पहला बेअंत कौर घर आउंदी आ ਤਾਂ ਉਹਦੀ ਫੈਮਿਲੀ ਉਹਦਾ ਵੈਲਕਮ ਕਰੂਗੀ ਪਰ ਜੇਕਰ ਡਿਪੋਰਟ ਹੋ ਕੇ ਆਉਂਦੀ ਹੈ ਫਿਰ ਅਸੀਂ ਨਹੀਂ ਉਹਦਾ ਵੈਲਕਮ ਕਰਾਂਗੇ ਜਦੋਂ ਉਹੀ ਆਏ ਜੀ ਘਰੇ ਆਉਣੇ ਨੇ ਜੱਦੀ ਆਏ ਫਰਕ ਦੇ ਹਾਲ ਰਿਪੋਰਟ ਹੋਣ ਜ਼ਰੂਰੀ ਹੈ ਆਇਓ ਜਿਹਨੇ ਕਰਿਆ ਸੈਕਟਰੀ ਹਲਾ ਹੀ ਹੈ ਲਵਪ੍ਰੀਤ ਸਿੱਧੂ ਲਾਡੀ ਧਨੌਲਾ ਅੱਜ ਇੱਕ ਐਸਾ ਨਾਮ ਬਣ ਚੁੱਕਾ ਕਿ ਹਜ਼ਾਰਾਂ ਲੱਖਾਂ ਮੁੰਡਿਆਂ ਦੀ ਆਵਾਜ਼ ਬਣ ਚੁੱਕਾ ਕਿਉਂਕਿ ਇਸ ਨੌਜਵਾਨ ਨੇ ਆਪਣੀ ਜਾਨ ਗਵਾਈ ਆਪਣੇ ਪਰਿਵਾਰ ਦਾ ਪੈਸਾ ਗਵਾਇਆ ਜਿਹੜੀ ਜ਼ਮੀਨ ਆ ਉਹ ਸਾਰੀ ਗਹਿਣੇ ਪੈ ਗਈ 25 ਲੱਖ ਰੁਪਇਆ ਇਹਨੇ ਆਪਣੀ ਵਾਈਫ ਜਿਹੜੀ ਜੀਵਨ 'ਚ ਸਾਥਣ ਸੀਗੀ ਬੇਅੰਤ ਕੌਰ ਉਹਦੇ ਉੱਤੇ ਕੈਨੇਡਾ ਦੀ ਪੜ੍ਹਾਈ ਵਾਸਤੇ ਲਾਇਆ ਔਰ ਇੱਕ ਸੁਭਾਵਿਕ ਗੱਲ ਹੈ ਕਿ ਕੈਨੇਡਾ ਜਾਣਾ ਜਾਂ ਨਾ ਜਾਣਾ ਇਹ ਇੱਕ ਅਲੱਗ ਚੀਜ਼ ਹੈ ਉਹਦਾ ਇੱਕ ਸਮਾਜਿਕ ਨੈਤਿਕ ਫਰਜ਼ ਬਣਦਾ ਸੀਗਾ ਕਿ ਜਿਸ ਪਰਿਵਾਰ ਦੇ ਵਿੱਚ ਤੂੰ ਨੂੰਹ ਬਣ ਕੇ ਗਈ ਆ ਉਸ ਪਰਿਵਾਰ ਨੇ ਤੇਰੇ ਉੱਤੇ ਬਹੁਤ ਵੱਡੀ ਰਕਮ ਲਾਈ ਆ ਆਪਣੇ ਬੱਚੇ ਦੇ ਭਵਿੱਖ ਲਈ ਅਤੇ ਤੇਰੇ ਭਵਿੱਖ ਦੇ ਵਾਸਤੇ ਉਹਦਾ ਇੱਕ ਫਰਜ਼ ਬਣਦਾ ਸੀਗਾ ਪਰ ਉਹਨੇ ਉੱਥੇ ਜਾ ਕੇ ਜੋ ਅੱਜ ਤੱਕ ਚੈਟ ਸਾਹਮਣੇ ਆਈ ਆ ਉਹ ਵੀ ਤੁਹਾਨੂੰ ਸਾਰਿਆਂ ਨੂੰ ਅਸੀਂ ਦੇ ਦਿਆਂਗੇ ਉਸ ਚੈਟ ਵਿੱਚ ਬੜੀ ਬੁਰੀ ਤਰ੍ਹਾਂ ਇਗਨੋਰ ਕਰ ਰਹੀ ਆ ਬੜੀ ਬੁਰੀ ਤਰ੍ਹਾਂ ਉਹਨੂੰ ਜਲੀਲ ਕਰ ਰਹੀ ਆ ਉਹ ਬਾਰ ਬਾਰ ਜਦੋਂ ਕਾਲ ਕਰਦਾ ਮੇਰੇ ਨਾਲ ਚੈਟ ਕਰ ਰਿਹਾ ਕਿ ਮੈਨੂੰ ਫੋਨ ਕਰ ਲਾ ਮੈਂ ਕੰਮ ਤੇ ਹਾਂ ਮੈਨੂੰ ਫੋਨ ਕਰ ਲਾ ਮੈਂ ਹੁਣ ਥੱਕੀ ਹੋਈ ਹਾਂ ਮੈਂ ਆਪਣੀ ਮੰਮੀ ਨਾਲ ਗੱਲ ਕਰ ਰਹੀ ਹਾਂ ਔਰ ਜੇ ਰਿਕਾਰਡਿੰਗ ਕਢਾਈ ਜਾਵੇ ਤਾਂ ਮੇਰੇ ਖਿਆਲ ਆ ਰੋਜ਼ ਆਪਣੀ ਮਦਰ ਨਾਲ 1 ਜਾਂ 2 ਘੰਟੇ ਗੱਲ ਕਰਦੀ ਸੀ ਔਰ ਉਹਦਾ ਹਸਬੈਂਡ ਤਾਂ ਇਹੀ ਕਰਦਾ ਸੀ ਕਿ ਮੈਨੂੰ ਸਿਰਫ ਤੂੰ 20 ਮਿੰਟ ਗੱਲ ਕਰ ਲਿਆ ਕਰ ਪਰ 20 ਮਿੰਟ ਤਾਂ ਦੂਰ ਦੀ ਗੱਲ 2 ਮਿੰਟ ਵੀ ਬੇਅੰਤ ਕੌਰ ਦੇ ਕੋਲ ਆਪਣੇ ਪਤੀ ਨਾਲ ਗੱਲ ਕਰਨ ਵਾਸਤੇ ਨਹੀਂ ਸੀ ਔਰ 3 ਸਾਲ ਇੰਨੀ ਲੰਮੀ ਜਲਾਲਤ ਦੇ ਇੰਨੇ ਲੰਮੇ ਡਿਪਰੈਸ਼ਨ ਤੋਂ ਬਾਅਦ ਦੇਖੋ ਖੁਦਕੁਸ਼ੀ ਕੋਈ ਸੌਖੀ ਗੱਲ ਨਹੀਂ ਜੀ ਕਿਸੇ ਵਾਸਤੇ ਵੀ ਖੁਦਕੁਸ਼ੀ ਇਨਸਾਨ ਕਦੋਂ ਕਰਦਾ ਜਦੋਂ ਜ਼ਿੰਦਗੀ ਔਖੀ ਅਤੇ ਮੌਤ ਸੌਖੀ ਆ ਲੱਗੇ ਔਰ ਉਹਨੇ ਮੌਤ ਨੂੰ ਗਲੇ ਲਾਇਆ ਕਿਉਂਕਿ ਜ਼ਿੰਦਗੀ ਬੜੀ ਔਖੀ ਲੱਗਦੀ ਸੀ ਸਮਾਜ ਵਿੱਚੋਂ ਵੀ ਇਹ ਬਾਰ ਬਾਰ ਇਹ ਆਉਂਦਾ ਸੀ ਵੀ ਕੈਨੇਡਾ ਕਦੋਂ ਜਾਏਗਾ ਹੁੰਦਾ ਹੀ ਹੈ ਇਸ ਬੱਚੇ ਨੇ ਕੈਨੇਡਾ ਜਾਂ ਅਮਰੀਕਾ ਜਾਂ ਕਿਤੇ ਵਿਆਹ ਕੀਤਾ ਉਹਨੂੰ ਪੁੱਛਦੇ ਹਰ ਕੋਈ ਇਹ ਕੋਈ ਅੱਜ ਜੇ ਵਿਆਹ ਕਹਿੰਦੀ ਵੀ ਤੈਨੂੰ ਤੇਰੇ ਦੋਸਤਾਂ ਨੇ ਮੇਣੇ ਮਾਰ ਦਿੱਤੇ ਮੇਣੇ ਵੱਜਣ ਦਾ ਜ਼ਿੰਮੇਵਾਰ ਤੂੰ ਹੈ
ਤੂੰ ਉਹਨੂੰ ਇਸ ਹੱਦ ਤੱਕ ਪਹੁੰਚਾਇਆ ਨਹੀਂ ਤਾਂ ਤੂੰ ਟਾਈਮ ਸਿਰ ਉਹਦੇ ਪੇਪਰ ਲਾਏ ਹੁੰਦੇ, ਉਹ ਤੇਰੇ ਕੋਲ ਆਇਆ ਹੁੰਦਾ ਤੁਸੀਂ। ਔਰ ਇੱਥੋਂ ਤੱਕ ਕਿ ਚੈਟ ਤੁਸੀਂ ਪੜਿਓ ਕਿ ਲਵਪ੍ਰੀਤ ਇਹ ਵੀ ਕਹਿ ਰਿਹਾ ਜੇ ਕਨੇਡਾ ਦੀ ਫਾਈਲ ਨਹੀਂ ਲੱਗ ਸਕਦੀ, ਜੇ ਆਪਾਂ ਕਨੇਡਾ ਇਕੱਠੇ ਨਹੀਂ ਰਹਿ ਸਕਦੇ ਤੂੰ ਵਾਪਸ ਪਿੰਡ ਆ ਜਾ ਬਾਈ, ਤੇ ਇਕੱਠੇ ਰਹਾਂਗੇ, ਕਿਉਂਕਿ ਇਹ ਕੋਈ ਐਗਰੀਮੈਂਟ ਵਾਲਾ ਵਿਆਹ ਨਹੀਂ ਸੀਗਾ, ਇੱਕ ਅਸਲ ਵਿਆਹ ਸੀ। ਫਰਕ ਇੰਨਾ ਹੀ ਹੈ, ਇੱਕ ਪਾਸੋਂ ਪਿਆਰ ਬਿਲਕੁਲ ਸੱਚਾ ਸੀਗਾ ਅਤੇ ਇੱਕ ਪਾਸਿਓਂ ਸਿਰੇ ਦੀ ਦਗਾਬਾਜ਼ੀ ਫਰੇਬ ਅਤੇ ਧੋਖਾ ਸੀਗਾ। ਸੋ ਧੋਖੇ ਵਾਲੇ ਬੰਦੇ ਨੇ ਉਸ ਸੱਚੇ ਸੁੱਚੇ ਇਨਸਾਨ ਦੀ, ਜਿਹੜਾ ਆਪਣੇ ਇਲਾਕੇ 'ਚ ਬਹੁਤ ਸ਼ਰੀਫ ਔਰ ਨੇਕ ਨੌਜਵਾਨ ਗਿਣਿਆ ਜਾਂਦਾ ਸੀਗਾ, ਉਹਦੀ ਜਾਨ ਲੈ ਲਈ ਹੈ। ਔਰ ਅੱਜ ਪੁਲਿਸ ਪ੍ਰਸ਼ਾਸਨ ਬਰਨਾਲਾ ਇਹਨਾਂ ਨੂੰ ਪੂਰੀ ਤਰ੍ਹਾਂ ਇਨਸਾਫ ਨਹੀਂ ਦੇ ਰਿਹਾ। ਇਹਨਾਂ ਦੀ ਮੰਗ ਹੈ ਵੀ ਇਕੱਲੀ 420, ਇਕੱਲੀ ਬੇਅੰਤ ਕੌਰ 'ਤੇ ਨਹੀਂ, ਉਹਦਾ ਪਰਿਵਾਰ ਅਤੇ ਹੋਰ ਜਿਹੜੀਆਂ ਬਣਦੀਆਂ ਧਾਰਾ 406 ਬਣਦੀ ਹੈ, ਜਾਂ ਉਹਨਾਂ ਦੇ ਬੱਚੇ ਨੂੰ ਮਰਨ ਵਾਸਤੇ ਮਜਬੂਰ ਕੀਤਾ, ਜਿੰਨੀਆਂ ਵੀ ਕਾਨੂੰਨੀ ਧਾਰਾ ਜੋ ਜਾਇਜ਼ ਹੈ। ਅਸੀਂ ਨਹੀਂ ਚਾਹੁੰਦੇ ਕਿਸੇ ਦੇ ਮਨੁੱਖੀ ਅਧਿਕਾਰਾਂ 'ਤੇ ਡਾਕਾ ਪਵੇ, ਪਰ ਇਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਹੋਣੀ ਚਾਹੀਦੀ ਹੈ। ਮੈਂ ਅੱਜ ਇਸ ਪ੍ਰੈਸ ਕਾਨਫਰੰਸ, ਜਿਹੜੇ ਮੈਡਮ ਨਿਸ਼ਾ ਗੁਲਾਟੀ ਚੇਅਰਪਰਸਨ ਮਹਿਲਾ ਕਮਿਸ਼ਨ ਨੇ, ਉਹਨਾਂ ਨੂੰ ਬੇਨਤੀ ਕਰਦਾ, ਉਹਨਾਂ ਨੇ ਸ਼ੁਰੂ ਤੋਂ ਕੋਸ਼ਿਸ਼ ਕੀਤੀ ਹੈ, ਕਰਦੇ ਵੀ ਰਹਿਣਗੇ, ਕਰ ਵੀ ਰਹੇ ਹੋਣਗੇ, ਉਹਨਾਂ ਨੂੰ ਬੇਨਤੀ ਕਰਦਾ ਕਿ ਲਵਪ੍ਰੀਤ ਲਾਡੀ ਦੇ ਪਰਿਵਾਰ 'ਚ ਉਹਦੀ ਮਾਤਾ, ਉਹਦੀ ਦਾਦੀ ਅਤੇ ਉਹਦੀਆਂ ਭੈਣਾਂ ਅਤੇ ਹੋਰ ਜਿਹੜੀਆਂ ਔਰਤਾਂ, ਇਹ ਵੀ ਔਰਤਾਂ ਹੀ ਆ, ਅਤੇ ਤੁਹਾਡਾ ਮਹਿਲਾ ਕਮਿਸ਼ਨ ਤਾਂ ਔਰਤਾਂ ਦੀ ਭਲਾਈ ਵਾਸਤੇ ਬਣਿਆ। ਜੇ ਔਰਤਾਂ ਦੀ ਭਲਾਈ ਵਾਸਤੇ ਉਹਨਾਂ ਨਾਲ ਹੋ ਰਹੇ ਧੱਕੇ ਸ਼ਾਹ ਨੂੰ ਰੋਕਣ ਵਾਸਤੇ ਕਮਿਸ਼ਨ ਬਣਿਆ, ਅਤੇ ਉਹ ਕਮਿਸ਼ਨ ਘੱਟੋ ਘੱਟ ਲਵਪ੍ਰੀਤ ਲਾਡੀ ਦੇ ਪਰਿਵਾਰ ਦੀਆਂ ਔਰਤਾਂ ਨੂੰ ਇਨਸਾਫ ਦਵਾਵੇ। ਜਿਹੜੇ ਜਿਹੜੇ ਲੋਕ ਉਸ ਧਾਰਾ 'ਚ ਆਉਣੇ ਬਣਦੇ ਆ, ਅਸੀਂ ਇਹ ਵੀ ਮੰਗ ਕਰਦੇ, ਪਰ ਇਹ ਸਹੀ ਹੋਣੀ ਚਾਹੀਦੀ ਆ। ਸਾਨੂੰ ਬੇਅੰਤ ਕੌਰ ਦੇ ਪਰਿਵਾਰ ਜਾਂ ਹੋਰ ਰਿਸ਼ਤੇਦਾਰਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਔਰ ਨਾ ਹੀ ਕੋਈ ਨਜਾਇਜ਼ ਪੈਣਾ ਚਾਹੀਦਾ, ਪਰ ਜਿਹੜੇ ਜਾਇਜ਼ ਵਿੱਚ ਬਣਦੇ ਉਸ ਮੁਕੱਦਮੇ ਦੇ ਹੋਣੇ ਚਾਹੀਦੇ ਆ, ਤਾਂ ਜੋ ਇਹਨਾਂ ਨੂੰ ਕੋਈ ਨਾ ਕੋਈ ਇਨਸਾਫ ਮਿਲ ਸਕੇ, ਕਿਉਂਕਿ ਅੱਜ ਇਸ ਗੱਲ 'ਤੇ ਆ ਚੁੱਕੇ ਆ। ਜੇ ਸਾਨੂੰ ਇਨਸਾਫ ਨਾ ਮਿਲਿਆ, ਆਉਂਦੇ ਦਿਨਾਂ ਤੱਕ ਜੋ ਪੁਲਿਸ ਨੇ ਯਕੀਨ ਦਵਾਇਆ, ਇਹ ਮਜਬੂਰ ਹੋਣਗੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ, ਉਹਨਾਂ ਦੀ ਰਿਹਾਇਸ਼ ਮੋਤੀ ਮਹਿਲ ਦੇ ਬਾਹਰ ਇਹ ਮਾਤਾ ਪਿਤਾ ਦੋਨੋਂ ਜਾ ਕੇ, ਪਰਿਵਾਰ ਉਹਦੀਆਂ ਭੈਣਾਂ ਉਹਦੀ ਦਾਦੀ, ਇਹ ਜਾ ਕੇ ਉੱਥੇ ਬੈਠਣਗੇ, ਜਿੰਨਾ ਚਿਰ ਇਨਸਾਫ ਨਹੀਂ ਮਿਲੇਗਾ ਉੱਥੇ ਹੀ ਬਹਿ ਕੇ ਆਪਣਾ ਜਿਹੜਾ ਰੋਸ ਕਰਨਗੇ, ਔਰ ਇਨਸਾਫ ਪੂਰਾ ਲੈਣਗੇ, ਕਿਉਂਕਿ ਜ਼ਿੰਦਗੀ ਦੇ 'ਚ ਹੁਣ ਇੱਕੋ ਇੱਕ ਬੱਚਾ ਸੀਗਾ ਉਹ ਚਲਾ ਗਿਆ। ਹੁਣ ਇਹਨਾਂ ਦੀ ਜ਼ਿੰਦਗੀ ਦਾ ਮਕਸਦ, ਤੁਸੀਂ ਪ੍ਰੈਸ ਨੋਟ ਤੁਹਾਡੇ ਕੋਲ ਪਹੁੰਚ ਜਾਣਾ, ਇਹਨਾਂ ਦੀ ਜ਼ਿੰਦਗੀ ਦਾ ਮਕਸਦ ਆਪਣੇ ਜਿਹੜਾ ਵਿਛੜਿਆ ਪੁੱਤ ਹੈ ਉਹਦੇ ਰੂਹ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਆ, ਇਕੱਲੇ ਪੈਸੇ ਦੀ ਗੱਲ ਹੁੰਦੀ। ਮੈਂ ਇਹ ਸਪਸ਼ਟ ਕਰਦਾ, ਉਹੋ ਹੀ ਬੇਅੰਤ ਕੌਰ ਇਹਨਾਂ ਨੂੰ ਰਿਸ਼ਤੇਦਾਰਾਂ ਦੇ ਰਾਹੀਂ 35-40 ਲੱਖ ਰੁਪਏ ਦੀ ਔਫਰ ਕਰ ਚੁੱਕੀ ਹੈ ਕਿ ਮੈਂ 35-40 ਲੱਖ ਰੁਪਏ ਦੇਣ ਨੂੰ ਤਿਆਰ ਹਾਂ, ਤੁਸੀਂ ਚੁੱਪ ਕਰਕੇ ਘਰ ਬਹਿ ਜਾਓ। ਪਰ ਜਿਨ੍ਹਾਂ ਦਾ ਪੁੱਤ ਗਿਆ ਉਹਨਾਂ ਵਾਸਤੇ ਰਕਮਾਂ ਮੈਂ ਨਹੀਂ ਰੱਖਦੀਆਂ, ਇਹਨਾਂ ਦੇ ਜਿਹੜੀ ਸਾਰੀ ਦੌੜ ਹੈ, ਸਾਰਾ ਸੰਘਰਸ਼ ਆਪਣੇ ਪੁੱਤ ਨੂੰ ਇਨਸਾਫ ਦੇ। ਸਰ, ਲਵਪ੍ਰੀਤ ਲਾਡੀ ਦੇ ਸੁਸਾਈਡ ਤੋਂ ਬਾਅਦ ਸ਼ੁਰੂ ਹੋਇਆ ਸੰਘਰਸ਼ ਇਸ ਸਮੇਂ ਇੱਕ ਅੰਦੋਲਨ ਦਾ ਰੂਪ ਲੈ ਚੁੱਕਿਆ, ਤੁਹਾਨੂੰ ਕੀ ਲੱਗਦਾ ਕਿ ਹਾਲੇ ਤੱਕ ਜੋ ਵੀ ਕਾਰਵਾਈ ਹੋਈ ਹੈ ਇੰਨਾ ਵੱਡੇ ਸੰਘਰਸ਼ ਦੇ ਬਾਵਜੂਦ ਵੀ, ਫਿਰ ਵੀ ਜੋ ਬਣਦੀ ਕਾਰਵਾਈ ਨਹੀਂ ਹੋ ਰਹੀ ਉਸਦੇ ਪਿੱਛੇ ਕੀ ਕਾਰਨ ਸਮਝਦੇ ਹੋ? ਉਹਦਾ ਇੱਕ ਸਿੱਧਾ ਸਿੱਧਾ ਕਾਰਨ, ਇੱਕ ਤਰਫਾ ਮਾਈਂਡ ਸੈਟ ਵਾਲਾ ਨਿਜ਼ਾਮ। ਹੁਣ ਤੁਸੀਂ ਸਾਰੇ ਪੱਤਰਕਾਰ ਹੋ, ਆਉਂਦੇ ਰਾਹ ਦੇ ਵਿੱਚ ਤੁਹਾਡਾ ਨਹੀਂ ਵੀ ਕਸੂਰ, ਕੋਈ ਲੜਕੀ ਤੁਹਾਡੇ 'ਤੇ ਐਲੀਗੇਸ਼ਨ ਲਾ ਦਿੰਦੀ ਕਿ ਮੈਨੂੰ ਫਲਾਣੇ ਪੱਤਰਕਾਰ ਨੇ ਛੇੜਖਾਨੀ ਕੀਤੀ ਆ, ਔਰ ਉਹਦੇ 'ਚੋਂ ਤੁਹਾਡਾ ਬਚਣਾ ਬੜਾ ਔਖਾ। ਇਹ ਇੱਕ ਤਰਫਾ ਨਿਜ਼ਾਮ ਬਣਿਆ ਹੋਇਆ ਕਿ ਨੂੰਹ ਮਰੀ ਹੋਵੇ, ਬਹੂ ਮਰੀ ਹੋਵੇ 70 ਸਾਲਾਂ ਵਿੱਚ, ਅਤੇ 304ਵੀਂ ਦੌਰੀ ਜੱਥ ਦਾ ਪਰਚਾ, ਪਰਿਵਾਰ ਦੇ ਸਾਰੇ ਉਹਦੀਆਂ ਭੈਣਾਂ, ਉਹਨਾਂ ਦੇ ਜਵਾਈ, ਮੁੰਡੇ, ਗਾਂਹ, ਦਰਾਣੀਆਂ, ਠਾਈਆਂ ਸਾਰੇ ਜੇਲ੍ਹ ਦੇ ਰਸਤੇ ਤੋੜ ਦਿੱਤੇ ਜਾਂਦੇ। ਜੇ 70 ਸਾਲਾਂ ਤੋਂ ਬਾਅਦ ਉਹਨੂੰ ਮਰ ਜਾਏ ਤਾਂ ਵੀ 306 ਦਾ ਪਰਚਾ ਸਿਰਫ ਪੇਕੇ ਪਰਿਵਾਰ ਦੇ ਬਿਆਨਾਂ 'ਤੇ ਦਰਜ ਹੋ ਜਾਂਦਾ, ਪਰ ਇੱਥੇ ਮਰਨ ਵਾਲਾ ਜਵਾਈ ਆ, ਦਮਾਦ ਹੈ। ਇਹ ਕਾਨੂੰਨ ਦਾ ਦੋਗਲਾ ਪਾਉਂਦਾ ਕਿ ਬਹੂ ਮਰੇ ਤਾਂ ਕਾਨੂੰਨ ਹੋਰ ਹੈ, ਜਵਾਈ ਮਰੇ, ਪੁੱਤ ਮਰੇ ਤਾਂ ਕਾਨੂੰਨ ਹੋਰ ਹੈ। ਮੈਂ ਸਮਝਦਾ ਇਸ ਦੋਗਲੇਪਨ ਨੂੰ ਖਤਮ ਕਰਕੇ ਕਾਨੂੰਨ ਇਨਸਾਨ ਲਈ ਹੋਣਾ ਚਾਹੀਦਾ, ਨਾ ਕਿ ਜੈਂਡਰ ਵਾਸਤੇ, ਔਰਤ ਜਾਂ ਮਰਦ ਵਾਸਤੇ। ਜਿਹੜਾ ਕ੍ਰਾਈਮ ਕਰਦਾ ਉਹ ਕ੍ਰਿਮੀਨਲ ਹੈ, ਉਹਨੂੰ ਉਸ ਕ੍ਰਾਈਮ ਦੀ ਸਜ਼ਾ ਮਿਲਣੀ ਚਾਹੀਦੀ ਹੈ। ਅੱਜ ਇਹਨਾਂ ਨਾਲ ਜੋ ਹੋ ਰਿਹਾ ਕਿ ਪੁੱਤ ਨੇ ਜਾਣ ਗਵਾ ਲਈ, ਇਹ ਚੈਟ ਤੁਸੀਂ ਜ਼ਰੂਰ ਪੜ੍ਹ ਕੇ ਦੇਖਿਓ, ਉਹ ਵਾਰ ਵਾਰ ਕਹਿ ਰਿਹਾ ਕਿ ਮੇਰੇ ਵਿੱਚ ਇੰਨੀ ਨੈਗੇਟਿਵ ਥਿੰਕਿੰਗ ਆ ਚੁੱਕੀ ਹੈ, ਮੈਂ ਨਿਰਾਸ਼ ਹੋ ਚੁੱਕਾ ਜ਼ਿੰਦਗੀ ਤੋਂ। ਜੇ ਇਹ ਕੰਮ ਇਸ ਰਿਸ਼ਤਾ ਸਿਰੇ ਨਹੀਂ ਕੱਢਦਾ, ਦੋਨਾਂ ਪਰਿਵਾਰਾਂ ਦੀ ਬਦਨਾਮੀ ਹੋਏਗੀ, ਬਹੁਤ ਹੋਏਗਾ। ਔਰ ਉਹ ਇਹ ਕਹਿ ਰਿਹਾ ਜੇ ਮੈਂ ਫੀਸਾਂ ਵੀ ਸਾਰੀਆਂ ਭਰਦਿਆਂ ਕੀ ਤੂੰ ਖੁਸ਼ ਆ? ਸੋ ਇੱਕ ਪਤੀ ਪਰਮੇਸ਼ਵਰ, ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਦੇ ਵਿੱਚ ਆਪਣਾ ਪਤੀ ਮੰਨ ਲਿਆ, ਜ਼ਿੰਦਗੀ ਦਾ ਸਾਥੀ ਮੰਨ ਲਿਆ, ਉਹ ਜੇ ਚੈਟ 'ਤੇ ਕਹਿ ਰਿਹਾ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰਨ ਜਾ ਰਿਹਾ, ਅਤੇ ਅੱਗੋਂ ਵਾਈਫ ਦਾ ਅਤੇ ਫਰਜ਼ ਬਣਦਾ, ਹੌਸਲਾ ਦੇਣਾ, ਉਸਾਰੂ ਗੱਲ ਕਰ। ਬਿਲਕੁਲ ਜੀ, ਸਾਰੀਆਂ ਇਨਸਾਫ ਸਾਹਿਬ ਜਥੇਬੰਦੀਆਂ, ਕਿਉਂਕਿ ਇਹ ਮਸਲਾ ਇਹਨਾਂ ਦੇ ਇਕੱਲੇ ਪਰਿਵਾਰ ਦਾ ਹੀ ਰਹਿ ਗਿਆ। ਔਰ ਇਹ ਵੀ ਸਪਸ਼ਟ ਕਰ ਦਈਏ, ਮਸਲਾ ਹੁਣ ਇਕੱਲੇ ਲਵਪ੍ਰੀਤ ਦੇ ਇਨਸਾਫ ਦਾ ਨਹੀਂਗਾ, ਮਸਲਾ ਲਵਪ੍ਰੀਤ ਵਰਗੇ ਵੀ 25,000 ਨੌਜਵਾਨ, ਜੇ ਉਹਨਾਂ ਦੀ ਕੁੱਲ ਰਕਮ ਇਕੱਠੀ ਕਰ ਲਈ ਜਾਵੇ 40,000 ਰੁਪਈਆ, ਉਹਨਾਂ ਲਾੜੀਆਂ ਅਤੇ ਉਹਨਾਂ ਘਰ ਵਾਲੀਆਂ ਤਾਂ ਲਾਇਆ ਜਿਹਨਾਂ 'ਚੋਂ ਬਹੁਤ ਸਾਰੀਆਂ ਠੱਗਣੀਆਂ ਨਿਕਲੀਆਂ। ਮੈਂ ਇਹ ਨਹੀਂ ਕਹਿੰਦਾ ਸਾਰੀਆਂ ਕੁੜੀਆਂ ਮਾੜੀਆਂ ਹੁੰਦੀਆਂ ਜਾਂ ਸਾਰੇ ਮੁੰਡੇ ਚੰਗੇ ਹੁੰਦੇ ਆ, ਹਰ ਜਗ੍ਹਾ ਮਾੜਾ ਔਰ ਚੰਗਾ ਇਨਸਾਨ ਹੁੰਦਾ, ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਅੱਜ ਪੰਜਾਬ ਦੇ ਵਿੱਚ ਹਜ਼ਾਰਾਂ ਐਸੇ ਕੇਸ ਹੈ, ਇਹ ਮੈਂ ਜ਼ਰੂਰ ਬੇਨਤੀ ਕਰਾਂਗਾ ਪੰਜਾਬ ਸਰਕਾਰ ਨੂੰ, DGP ਸਾਹਿਬ ਨੂੰ, ਇੱਕ ਐਸਾ ਸੈੱਲ ਕਾਇਮ ਕਰ ਦਿਓ ਕਿ ਜਿਹੜੀਆਂ
ਇੱਥੋਂ ਵਿਆਹ ਕਰਕੇ ਚਲੇ ਜਾਂਦੇ ਸੀ, ਬੁਲਾਉਂਦੇ ਨਹੀਂ ਸੀ, ਕੁੜੀਆਂ ਦੀ ਜ਼ਿੰਦਗੀ ਖਰਾਬ ਕਰਦੇ ਸੀ। ਉਹਨਾਂ ਨੂੰ ਸਜ਼ਾ ਦੇਣ ਦੇ ਵਾਸਤੇ ਬਹੁਤ ਵੱਡੇ ਕਾਨੂੰਨ ਬਣੇ, ਉਹਨਾਂ ਦੇ ਪਾਸਪੋਰਟ ਰੱਦ ਕੀਤੇ ਗਏ, ਉਹਨਾਂ ਨੂੰ ਭਗੌੜੇ ਕਰਾਰ ਦਿੱਤਾ ਗਿਆ, ਇੱਥੋਂ ਤੱਕ ਕਿ ਕੁਝ ਕੇਸਾਂ 'ਚ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਅਟੈਚ ਕੀਤੀਆਂ ਗਈਆਂ। ਅਤੇ ਇੱਥੇ ਕਿਉਂ ਨਹੀਂ ਹੋ ਸਕਦਾ? ਜੁਰਮ ਤਾਂ ਇੱਕੋ ਜਿਹਾ ਹੀ ਆ, ਜੇ ਨੂੰਹ ਠੱਗੀ ਕਰੇ ਤਾਂ ਇੱਥੇ ਵੀ ਕ੍ਰਾਈਮ ਬਣਦਾ, ਉਹ ਸਜ਼ਾ ਉਹਨਾਂ ਨੂੰ ਹੋਣੀ ਚਾਹੀਦੀ ਆ। ਸਰਕਾਰ ਇਹਨੂੰ ਛੇਤੀ ਬੜੀ ਗੰਭੀਰਤਾ ਨਾਲ ਲਵੇ, ਕਿਉਂਕਿ ਜੇ ਇਹ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਤਾਂ ਇਹ ਲੱਗਦਾ ਕਿ ਬਹੁਤ ਸਾਰੇ ਹੋਰ ਨੌਜਵਾਨ ਵੀ ਇਸ ਤਰ੍ਹਾਂ ਖੁਦਕੁਸ਼ੀ ਦਾ ਰਸਤਾ ਅਪਣਾਉਣਗੇ, ਔਰ ਉਹ ਪੰਜਾਬ ਦੇ ਵਾਸਤੇ ਇੱਕ ਸਿਵਲਾਈ ਸੋਸਾਇਟੀ ਦੇ ਵਾਸਤੇ ਬੜਾ ਮਹੱਤਵਪੂਰਨ ਹੋਵੇ। ਠੀਕ ਹੈ ਯੋਗ ਜੀ, ਕਦੋਂ ਤੱਕ ਦਾ ਸਮਾਂ ਦਿੰਦੇ ਤੁਸੀਂ? ਨਹੀਂ ਅਜੇ ਤਾਂ ਇਹ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਫੈਸਲੇ ਦੀ ਉਡੀਕ ਕਰ ਰਹੇ, ਉਹਨਾਂ ਕਿਹਾ ਇਹਨਾਂ 25 ਤੱਕ ਦਾ 25 ਦੀ ਹੋਰ ਰਿਪੋਰਟ ਆਉਣੀ, ਉਸ ਤੋਂ ਬਾਅਦ ਸਮਾਂ ਦਿੱਤਾ ਪੂਰਨ ਤਫਤੀਸ਼ ਕਰਕੇ ਪਰਿਵਾਰ ਦਾ ਜਿਹੜਾ ਮੈਂਬਰ ਦੋਸ਼ੀ ਹੋਏਗਾ, ਕਿਉਂਕਿ ਅਸੀਂ ਵੀ ਉਹਨਾਂ ਨੇ ਇੱਕੋ ਕਿਹਾ ਵੀ ਜਿਹੜਾ ਦੋਸ਼ੀ ਆ